ਡਲੇਵਾਲ ਜੀ ਸਾਡੇ ਨਾਲ ਹੈ। ਡਲੇਵਾਲ ਜੀ ਫਿਰ ਸਾਫ ਹੋ ਚੁੱਕਿਆ ਹੈਗਾ, ਗੱਡੀਆਂ ਦੇ ਸ਼ੀਸ਼ੇ ਬੰਦ ਹੋ ਗਏ, ਨਹੀਂ ਸਾਫ ਹੋ ਚੁੱਕਿਆ ਫਿਰ ਕੋਈ ਫਾਇਦਾ ਨਹੀਂ ਮੀਟਿੰਗਾਂ ਦਾ? ਨਹੀਂ ਮੀਟਿੰਗਾਂ ਹੁੰਦੀਆਂ ਰਹਿਣਗੀਆਂ, ਮੀਟਿੰਗ ਤੋਂ ਕਦੇ ਨਹੀਂ ਭੱਜਣਾ ਅਸੀਂ। ਨਹੀਂ ਨਿਕਲਿਆ ਤਾਂ ਅੱਜ ਵੀ ਕੁਛ ਨਾ ਨਿਕਲਦੇ, ਨਾ ਨਿਕਲੇ ਨਿਕਲਣਾ ਹੋਰ ਚੀਜ਼ ਹੈ। ਅਗਰ ਅਸੀਂ ਮੀਟਿੰਗ 'ਚ ਨਹੀਂ ਆਉਂਦੇ ਤਾਂ ਸਰਕਾਰ ਅਗਲੇ ਦਿਨ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੀ ਹੈ, ਲਓ ਜੀ ਸਰਕਾਰ ਕਹਿੰਦੀ ਹੈ ਤੁਸੀਂ ਮੀਟਿੰਗ 'ਚ ਨਹੀਂ ਆਉਂਦੇ, ਲਓ ਜੀ ਸਰਕਾਰ ਕਹਿੰਦੀ ਹੈ। ਮੰਤਰੀਆਂ ਵੱਲੋਂ ਇੱਕ ਵੀ ਸ਼ਬਦ ਨਵਾਂ ਰਿਹਾ ਅੱਜ ਦੀ ਮੀਟਿੰਗ 'ਚ? ਮੰਤਰੀਆਂ ਨੇ ਇਹ ਕਿਹਾ ਕਿ ਵੀ ਬਹੁਤ ਸਾਰੇ ਕਿਸਾਨ ਸਾਡੇ ਨਾਲ ਨੇ, ਉਹ ਤਾਂ ਪਹਿਲਾਂ ਵੀ ਕਹਿੰਦੇ ਆਏ। ਹਾਂ, ਅਤੇ ਅਸੀਂ ਬੜਾ ਕਲੀਅਰ ਕੱਟ ਉਹਦੇ 'ਤੇ ਇਹ ਕਿਹਾ ਕਿ ਜੇਕਰ ਤੁਹਾਨੂੰ ਉਹ ਕਿਸਾਨ ਦਿਸਦੇ ਨੇ, ਆਹ ਕਿਸਾਨ ਨਹੀਂ ਦਿਸਦੇ, ਤਾਂ ਫਿਰ ਤੁਹਾਡੇ ਕੋਲ ਤਰੀਕਾ, ਤੁਹਾਡੇ ਕੋਲ ਫੋਰਸ ਹੈ, ਤੁਹਾਡੇ ਕੋਲ ਫੌਜ ਹੈ, ਇਹਨਾਂ ਦੇ ਗੋਲੀਆਂ ਮਾਰੋ, ਇਹਨਾਂ ਨੂੰ ਮਾਰ ਦਿਓ, ਉਹਨਾਂ ਨੂੰ ਸਾਂਭ ਲਓ। ਹੁਣ ਜਾਓਗੇ 15 ਜਨਵਰੀ ਦੀ ਮੀਟਿੰਗ 'ਚ ਜਾਂ ਨਹੀਂ ਜਾਣਾ ਜੀ? ਨਹੀਂ ਮੀਟਿੰਗ, ਮੈਂ ਫਿਰ ਬੇਨਤੀ ਕਰਾਂ ਕਿ ਮੀਟਿੰਗ ਤੋਂ ਅਸੀਂ ਕਦੇ ਨਹੀਂ ਭੱਜਦੇ। ਮੀਟਿੰਗ ਇੱਕ ਚੀਜ਼ ਇਹੋ ਜਿਹੀ ਹੈ ਕਿ ਜੇ ਅਸੀਂ ਮੀਟਿੰਗ 'ਚ ਨਾ ਜਾਵਾਂਗੇ ਤਾਂ ਸਰਕਾਰ ਨੂੰ ਕਹਿਣਾ ਸੌਖਾ ਹੋਊਗਾ, ਸਾਨੂੰ ਬਦਨਾਮ ਕਰੇਗੀ ਕਿ ਅਸੀਂ ਮੀਟਿੰਗ ਦਿੰਦੇ ਹਾਂ, ਮੀਟਿੰਗ 'ਚ ਨਹੀਂ ਆਉਂਦੇ। ਅੱਛਾ, ਸੁਪਰੀਮ ਕੋਰਟ ਦੇ ਸਾਰੇ ਆਗੂ ਕਹਿ ਰਹੇ ਨੇ, ਮਤਲਬ ਤੁਸੀਂ ਵੀ ਕਹਿ ਰਹੇ ਹੋ ਕਿ ਜਿਹੜਾ ਹੈਗਾ ਉੱਧਰ ਅਸੀਂ ਉਹ ਰੁੱਖ ਅਖਤਿਆਰ ਨਹੀਂ ਕਰਨਾ, ਜਿਵੇਂ ਇਹ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਚਲੇ ਜਾਓ? ਨਹੀਂ, ਸੁਪਰੀਮ ਕੋਰਟ ਜਾਣ ਦੀ ਸਾਡੀ ਕੋਈ ਮਨਸ਼ਾ ਨਹੀਂ ਹੈ। ਅਗਰ ਅਸੀਂ ਸੁਪਰੀਮ ਕੋਰਟ ਜਾਣਾ ਤਾਂ ਬਹੁਤ ਚਿਰ ਪਹਿਲਾਂ ਚਲੇ ਜਾਂਦੇ। ਲੇਕਿਨ ਜਿਹੜੀਆਂ ਪਬਲਿਕ PIL ਪਹਿਲਾਂ ਹੀ ਪਈਆਂ ਹੋਈਆਂ ਨੇ, ਅਗਰ ਉਸ 'ਚ ਕੋਈ ਫੈਸਲਾ ਆਉਂਦਾ ਹੈ, ਉੱਥੋਂ ਉਠਾਉਣ ਦੀ ਜਿਹੜੀ ਹੈ ਗੱਲ ਆਉਂਦੀ ਹੈ ਸੁਪਰੀਮ ਕੋਰਟ ਤੋਂ, ਕਿਉਂਕਿ ਸੁਪਰੀਮ ਕੋਰਟ ਮਾਣਯੋਗ ਹੈਗਾ, ਤਾਂ ਉਸ 'ਤੇ ਕੀ ਰਹੇਗਾ? ਸੁਪਰੀਮ ਕੋਰਟ ਆ ਜਿਹੜਾ ਸਾਡੇ ਲਈ ਵੀ ਸਨਮਾਨਯੋਗ ਹੈ, ਅਸੀਂ ਰਿਸਪੈਕਟ ਕਰਦੇ ਹਾਂ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਦੀ, ਅਤੇ ਮੈਨੂੰ ਇਹ ਵੀ ਉਮੀਦ ਹੈ ਕਿ ਸੁਪਰੀਮ ਕੋਰਟ ਛੇਤੀ ਕੀਤੇ ਕਿਸਾਨਾਂ ਦੇ ਖਿਲਾਫ ਫੈਸਲਾ ਨਹੀਂ ਦੇਗੀ। ਅਤੇ ਹੁਣ ਅਗਲਾ ਕੀ ਰਣਨੀਤੀ ਹੈਗੀ ਕਿਸਾਨ ਅੰਦੋਲਨ ਦੀ? ਫਿਰ ਕਿਸਾਨ ਅੰਦੋਲਨ ਨੇ 26 ਤਰੀਕ ਰੱਖੀ ਹੋਈ ਹੈ, 26 ਤਰੀਕ ਨੂੰ ਅਸੀਂ ਪੂਰੇ ਦੇਸ਼ ਟ੍ਰੇਲਰ ਹੀ ਬੜਾ ਸਫਲ ਆ ਰਿਹਾ ਸੀਗਾ ਟਰੈਕਟਰ ਮਾਰਚ ਦਾ, ਅਤੇ ਹੁਣ ਫਿਲਮ ਕਿਹੋ ਜਿਹੀ ਰਹਿਣ ਵਾਲੀ? ਹਾਂ ਬਸ, ਜੇ ਟ੍ਰੇਲਰ ਸਫਲ ਆ ਰਿਹਾ ਤਾਂ ਫਿਰ ਫਿਲਮ ਉਹਦੀ ਵੀ ਸਫਲ ਹੋਏਗੀ। ਬਿਲਕੁਲ ਜੀ, ਇਸ ਵੇਲੇ ਜਿਹੜਾ ਹੈਗਾ ਡਲੇਵਾਲ ਜੀ ਸਾਡੇ ਨਾਲ ਸੀ, ਸਾਰੇ ਆਗੂਆਂ ਨੇ ਸਾਫ ਕਰ ਦਿੱਤਾ ਹੈ ਕਿ ਜਿਹੜਾ 26 ਤਰੀਕ ਦਾ ਟਰੈਕਟਰ ਮਾਰਚ ਹੋਵੇਗਾ ਉਸ ਦਿਨ ਵਿਸ਼ਾਲ ਸ਼ਕਤੀ ਪ੍ਰਦਰਸ਼ਨ ਕਰਕੇ ਜਿਹੜਾ ਹੈ ਸਰਕਾਰ ਨੂੰ ਜਗਾਇਆ ਜਾਵੇਗਾ, ਕਿਉਂਕਿ ਇਹਨਾਂ ਸਾਰਿਆਂ ਦਾ ਕਹਿਣਾ ਹੈ ਕਿ ਮੀਟਿੰਗਸ ਅਸੀਂ ਆਉਂਦੇ ਰਹਾਂਗੇ ਲੇਕਿਨ ਕੋਈ ਫਾਇਦਾ ਨਹੀਂ ਹੈ। ਇੱਕ ਵੀ ਸ਼ਬਦ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ, ਕੋਈ ਵੀ ਸ਼ਬਦ ਨਵਾਂ ਰਿਹਾ? ਮੰਤਰੀਆਂ ਵੱਲੋਂ ਕਹਿੰਦੇ ਇੱਕ ਵੀ ਸ਼ਬਦ ਨਵਾਂ ਨਹੀਂ ਰਿਹਾ, ਬਸ ਇਹੀ ਕਹਿ ਰਹੇ ਨੇ ਕਿ ਜਿਹੜੇ ਹੋਰ ਕੁਛ ਜਿਹੜੇ ਕਿਸਾਨ ਹੈਗੇ ਨੇ ਉਹ ਕਹਿੰਦੇ ਨੇ ਫਾਇਦੇਮੰਦ ਹੈ, ਲੇਕਿਨ ਇਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਅਸੀਂ ਆਪਣਾ ਜਿਹੜਾ ਪ੍ਰਦਰਸ਼ਨ ਹੈਗਾ ਉਹ ਤਿੱਖਾ ਕਰਾਂਗੇ, ਉਸ ਨੂੰ ਅੱਗੇ ਲੈ ਕੇ ਆਵਾਂਗੇ। ਜਿਸ ਤਰ੍ਹਾਂ ਕੱਲ੍ਹ ਦਾ ਟਰੈਕਟਰ ਮਾਰਚ ਰਿਹਾ ਉਹ ਇੱਕ ਟ੍ਰੇਲਰ ਸੀ, ਸਭ ਦਾ ਕਹਿਣਾ ਕਿ ਹੁਣ ਫਿਲਮ ਦੇਖੋ ਕਿਸ ਤਰ੍ਹਾਂ ਦੀ ਹੋਵੇਗੀ, ਜਿਹੜਾ ਹੁਣ ਟਰੈਕਟਰ ਮਾਰਚ ਹੋਵੇਗਾ ਜਾਂ ਲੋਹੜੀ 'ਤੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਮਹਿਲਾ ਕਿਸਾਨ ਦਿਵਸ 18 ਨੂੰ ਮਨਾਇਆ ਜਾਵੇਗਾ, ਹਰ ਇੱਕ ਅਪਡੇਟ ਹਰ ਇੱਕ ਜਿਹੜਾ ਹੈ ਇੱਥੇ ਕਿਸਾਨੀ ਸੰਘਰਸ਼ ਤੋਂ ਹਾਲ ਹੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਵਰਲਡ ਪੰਜਾਬੀ TV ਦਾ ਵਾਅਦਾ ਹੈ। ਵੀਡੀਓ ਜਰਨਲਿਸਟ ਰੋਹਿਤ ਦੇ ਨਾਲ ਅੰਕੁਸ਼ ਕੋਹਲੀ, ਵਰਲਡ ਪੰਜਾਬੀ TV, ਵਿਗਿਆਨ ਭਵਨ, ਦਿੱਲੀ।